ਰਹਿਾਨਾ ਦਾ ਖਾਲਸਤਾਨੀ ਕਨੈਕਸ਼ਨ ਗ੍ਰੇਟਾ ਥਨਵਰ ਦਾ ਖਾਲਸਤਾਨੀ ਕਨੈਕਸ਼ਨ ਤੁਸੀਂ ਦੇਖ ਰਹੇ ਹੋਗੇ ਕੱਲ ਦੇ ਟੀਵੀ ਚੈਨਲ ਇੱਕ ਇਹੀ ਖਬਰ ਉਹਨਾਂ ਕੋਲ ਬਚੀ ਆ ਔਰ ਕਿਤਨਾ ਛੜਪਟਾ ਰਹੇ ਨੇ ਕਿਤਰਾ ਹਾਲਾਤ ਖਰਾਬ ਹੋਈ ਪਈ ਆ ਕਿ ਕਿਉਂ ਰਹਿਾਨਾ ਨੇ ਟਵੀਟ ਕਰ ਦਿੱਤਾ ਰਹਿਾਨਾ ਨੂੰ ਵੀ ਖਾਲਸਤਾਨੀ ਬਣਾ ਦਿੱਤਾ ਇਹ ਕ੍ਰੈਡੀਬਿਲਟੀ ਹੈ ਨਾ ਟੀਵੀ ਚੈਨਲਾਂ ਦੀ ਗਰੇਟਾ ਜਿਹੜੀ ਕਿ 18 ਸਾਲ ਦੀ ਇੱਕ ਬੱਚੀ ਆ ਉਹਨੂੰ ਵੀ ਅੱਤਵਾਦੀ ਬਣਾ ਦਿੱਤਾ ਕਿਉਂ ਕਿਉਂਕਿ ਉਹ ਕਿਸਾਨੀ ਦੇ ਹੱਕ ਅੰਦਰ ਉਹਨੇ ਟਵੀਟ ਹਾਂ ਹਾਂ ਕਰ ਕਿਵੇਂ ਦਿੱਤਾ ਇਹ ਤਾਂ ਸਾਨੂੰ ਬਰਦਾਸ਼ਤ ਹੀ ਨਹੀਂ ਨਾ ਕਿਸਾਨੀ ਦੇ ਹੱਕ ਦੇ ਅੰਦਰ ਕੋਈ ਬੋਲੇ ਇਹਦੀ ਟੀਵੀ ਚੈਨਲ ਕਹਿੰਦੇ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਤੇ ਬਰਦਾਸ਼ਤ ਕਰ ਹੀ ਨਹੀਂ ਸਕਦੇ ਫਿਰ ਸਰਕਾਰ ਦੀ ਚਾਪ ਲੋਸੀ ਕਿ ਵੀ ਹੋਈ ਜੇ ਅਸੀਂ ਮੰਨ ਨਹੀਂ ਲਿਆ ਤੇ ਵੱਡੇ ਵੱਡੇ ਐਂਕਰ ਜਿਹਨਾਂ ਦਾ ਬੜਾ ਸੀ ਸਨਮਾਨ ਕਰਦੇ ਸੀ ਮਾਫ ਕਰਨਾ ਕਈ ਟੀਵੀ ਚੈਨਲਾਂ ਤੇ ਦੋ ਕੌੜੀ ਦੇ ਵਕਾਊ ਲੱਗਣ ਲੱਗ ਪਏਰੇ ਦੋ ਕੌੜੀ ਦੇ ਵਕਾਊ ਐ ਲੱਗਦਾ ਏ ਕਿ ਸ਼ਾਇਦ ਕੁੱਤੇ ਨੂੰ ਵੀ ਕੋਈ ਇਸ ਤਰ੍ਹਾਂ ਰੋਟੀ ਪਾ ਕੇ ਆਪਣੇ ਵੱਲ ਨਹੀਂ ਕਰ ਸਕਦਾ ਸੀ ਉਹਦੀ ਵੀ ਕੋਈ ਨਾ ਕੋਈ ਵਫਾਦਾਰੀ ਹੁੰਦੀ ਆ ਪਰ ਇਹਨਾਂ ਲੋਕਾਂ ਨੇ ਸਾਰਾ ਕੁਝ ਵੇਚਤਾ ਏ ਕਹਿੰਦੇ ਸੀ ਨਾ ਇੰਡੀਪੈਂਡੈਂਟ ਮੀਡੀਆ ਇਹ ਵਕਾਊ ਮੀਡੀਆ ਹੈ ਵਕਾਊ ਔਰ ਮੈਂ ਕਹਿਣਾ ਚਾਹੁੰਦਾ ਖਾਲੀ ਉਹੀ ਨਹੀਂ ਕਈ ਟੀਵੀ ਚੈਨਲ ਤੇ ਇੰਨੇ ਵਕਾਊ ਨੇ ਉਹਨਾਂ ਦੇ ਵੱਡੇ ਵੱਡੇ ਐਂਕਰ ਜਿਨ੍ਹਾਂ ਦੀ ਬੜੀ ਫੇਸ ਵੈਲਿਊ ਸੀ ਐਂ ਲੱਗ ਰਿਹਾ ਏ ਕਿ ਜਿਵੇਂ ਬੋਟੀਆਂ ਦੇ ਇੰਤਜ਼ਾਰ ਕਰਦੇ ਸੀ ਕੋਈ ਛੁੱਟੇ ਤੇ ਅਸੀਂ ਖਾਈਏ ਤੁਸੀਂ ਅੱਜ ਜੇ ਕੋਈ ਕਿਸਾਨ ਅੰਦੋਲਨ ਚ ਲੰਗਰ ਖਵਾਉਂਦਾ ਉਹ ਵੀ ਖਾਲਸਤਾਨੀ ਜੇ ਕੋਈ ਕਿਸਾਨ ਅੰਦੋਲਨ ਦੇ ਹੱਕ ਚ ਭੁਗਤਦਾ ਉਹ ਵੀ ਖਾਲਸਤਾਨੀ ਜੇ ਕੋਈ ਕਿਸਾਨ ਅੰਦੋਲਨ ਦੇ ਹੱਕ ਅੰਦਰ ਟੀਵੀ ਚੈਨਲ ਦੋ ਲਾਈਨਾਂ ਬੋਲਦੇ ਹੋ ਟੀਵੀ ਚੈਨਲ ਵੀ ਖਾਲਸਤਾਨੀ ਉਹਨੂੰ ਫੰਡਿੰਗ ਹੋਈ ਹੈ ਔਰ ਜੇ ਕੋਈ ਐਕਟਰ ਕੋਈ ਕਲਾਕਾਰ ਬੋਲ ਦੇ ਤਾਂ ਵੀ ਉਹ ਵੀ ਖਾਲਸਤਾਨੀ ਜਿਹੜਾ ਵੀ ਕਿਸਾਨੀ ਦੀ ਗੱਲ ਕਰੋ ਖਾਲਸਤਾਨੀ ਹੋ ਜਾਊਗਾ ਪਰ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਅਸੀਂ ਅਕਲੀਅਤ ਚ ਲੋਕ ਆ ਅਸੀਂ ਮinority ਦੇ ਲੋਕ ਆ ਅਕਲੀਅਤਾਂ ਚ ਸਾਡੀ ਗਿਣਤੀ ਬੜੀ ਘੱਟ ਆ ਸਾਡੇ ਨੰਬਰ ਬੜੇ ਘੱਟ ਆ ਤੁਸੀਂ ਪੂਰੇ ਦੇਸ਼ ਦੇ ਅੱਗੇ ਸਾਨੂੰ ਬਦਨਾਮ ਕਰਦੇ ਪਏ ਜੇ ਔਰ ਤੁਸੀਂ ਇਹ ਨਹੀਂ ਸੋਚਦੇ ਪਏ ਕਿ ਕਿੰਨੀਆਂ ਵੱਡੀਆਂ ਸੇਵਾਵਾਂ ਨੇ ਇਹਨਾਂ ਲੋਕਾਂ ਦੀਆਂ ਔਰ ਪਾਰਟਿਕੂਲਰ ਤੁਸੀਂ ਸਾਨੂੰ ਸਾਰੇ ਦੇਸ਼ ਦੇ ਸਾਹਮਣੇ ਖੜਿਆ ਕਰ ਦਿੱਤਾ ਕਿਉਂਕਿ ਤੁਹਾਡੇ ਕੋਲ ਟੀਵੀ ਚੈਨਲ ਨੇ ਤੁਹਾਨੂੰ ਸ਼ਰਮ ਨਹੀਂ ਆ ਰਹੀ ਮਤਲਬ ਸਾਨੂੰ ਟੀਵੀ ਵੇਖ ਕੇ ਸ਼ਰਮ ਆ ਜਾਂਦੀ ਆ ਯਾਰ ਕਰ ਕੀ ਰਹੇ ਨੇ ਕਿਤਨਾ ਕੁ ਗਿਰੋਗੇ ਤੁਸੀਂ ਲੋਗ ਯਾਰ ਕਿੰਨਾ ਕੁ ਗਿਰੋਗੇ ਯਾਰ ਕੋਈ ਗਿਰਨ ਦੀ ਸੀਮਾ ਹੈ ਤੁਹਾਡੀ ਅਜੇ ਤੋਂ ਵੀ ਥੱਲੇ ਜਾ ਕੇ ਗਿਰਨਾ ਹੈ ਮਾਫ ਕਰਨਾ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਕਈ ਗੱਲਾਂ ਕਹਿਣੀਆਂ ਚਾਹੀਦੀਆਂ ਪਰ ਤੁਹਾਡਾ ਵਿਕਾਉਪੰਤਾ ਦੇਖ ਕੇ ਤੇ ਮੈਨੂੰ ਐ ਲੱਗਦਾ ਪਿਆ ਕਿ ਵੇਸ਼ਿਆ ਦਾ ਵੀ ਕੋਈ ਨਾ ਕੋਈ ਵੇਸ਼ਿਆ ਦਾ ਵੀ ਕੋਈ ਨਾ ਕੋਈ ਮਾਣ ਹੁੰਦਾ ਹੋਊਗਾ ਉਹਦਾ ਵੀ ਕੋਈ ਨਾ ਕੋਈ ਅਪਮਾਨ ਹੁੰਦਾ ਉਹ ਸਭੀ ਮਾਣ ਹੁੰਦਾ ਉਹ ਤੁਸੀਂ ਇੱਥੇ ਰੋ ਦਿੱਤੋ ਵੀ ਡਿੱਗ ਗਏ ਜੀ ਯਾਰ ਕਿਤਰਾ ਤੁਸੀਂ ਸਾਨੂੰ ਖਾਲਸਤਾਨੀ ਪੂਰੇ ਦੇਸ਼ ਅੰਦਰ ਬਦਨਾਮ ਕਰ ਰਹੇ ਜੀ ਕਦੀ ਸੋਚਿਆ ਕਿ ਅਸੀਂ ਕਿੱਥੇ ਕਿੱਥੇ ਰਹਿੰਦੇ ਆਂ ਕਿਤਨਾ ਮਨਹੋਰਟੀ ਚਾਸੀ ਕਿਤਨਾ ਸਾਡੀ ਜਾਣ ਦੇ ਉੱਤੇ ਬਣ ਸਕਦੀ ਆ ਤੁਹਾਨੂੰ ਕੋਈ ਸ਼ਰਮ ਨਹੀਂ ਆ ਰਹੀ ਤੁਹਾਡੇ ਘਰ ਬੱਚੇ ਨਹੀਂ ਤੁਹਾਡੇ ਹੈਗੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਇੰਨਾ ਵੱਡਾ ਪਾਪ ਕਰਦੇ ਪਏ ਚ ਪਰ ਕੋਈ ਗੱਲ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਤੁਹਾਨੂੰ ਸਗੋਂ ਇਹ ਗੱਲ ਦੇਖ ਕੇ ਅੱਜ ਸ਼ਰਮ ਆ ਰਹੀ ਹੋਊਗੀ ਤੁਹਾਡੀਆਂ ਲੱਖ ਕੋਸ਼ਿਸ਼ਾਂ ਕੋਝੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੁਸੀਂ ਸਾਰਾ ਜ਼ੋਰ ਲਾ ਕੇ ਦੇਖ ਲਿਆ ਪਰ ਤੁਸੀਂ ਸਾਨੂੰ ਫੇਰ ਵੀ ਰੋਕ ਨਹੀਂ ਸਕੇ ਬਦਨਾਮ ਨਹੀਂ ਕਰ ਸਕੇ ਕਿਉਂਕਿ ਇਹ ਸਾਡੀਆਂ ਦੇਸ਼ ਔਰ ਦੁਨੀਆ ਦੇ ਪ੍ਰਤੀ ਸੇਵਾਵਾਂ ਨੇ ਜਿੱਤੇ ਕਰਕੇ ਦੇਸ਼ ਨਹੀਂ ਦੁਨੀਆ ਦੇ ਲੋਕ ਸਾਡਾਂ ਦਾ ਖੜੇ ਹੁੰਦੇ ਨੇ ਜਦੋਂ ਅੱਜ ਦੁਨੀਆ ਦੇ ਇੰਟਰਨੈਸ਼ਨਲ ਚੈਨਲ ਚਾਹੇ BBC ਹੋਣ ਮੈਂ ਖੁਦ ਜਾ ਕੇ BBC ਨੇ ਮੇਰੇ ਇੰਟਰਵਿਊ ਲਈ BBC ਵਰਗੇ ਚੈਨਲ ਭਾਵੇਂ ਹੁਣ ਟਾਈਮਸ ਜਿਹੜਾ ਮੈਗਜ਼ੀਨ ਹੋਵੇ ਵਰਲਡ ਦੇ ਲੀਡਿੰਗ ਨਿਊਜ਼ਪੇਪਰ ਔਰ ਲੀਡਿੰਗ ਟੀਵੀ ਚੈਨਲ ਹੋਣ ਉਹ ਵੀ ਇਹ ਗੱਲ ਦੀ ਸੱਚਾਈ ਨੂੰ ਮੰਨਣ ਨੂੰ ਮਜਬੂਰ ਹੋ ਗਏ ਵੀ ਕਿਸਾਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਏ ਉਸ ਧੱਕੇ ਦੇ ਨਾਲ ਦੇਸ਼ ਦੇ ਅੰਦਰ ਟੀਵੀ ਚੈਨਲ ਉਪਰ ਕਾਊ ਉਹਨਾਂ ਨੂੰ ਸਾਰਾ ਦਿਨ ਬਦਨਾਮ ਕਰਨ ਤੇ ਲੱਗੇ ਹੋਏ ਨੇ ਪਰ ਸਾਡੇ ਇਹ ਮੋਬਾਈਲ ਫੋਨ ਤੁਹਾਡੇ ਟੀਵੀਆਂ ਤੇ ਭਾਰੀ ਪੈ ਗਏ ਨੇ ਤੁਸੀਂ ਪੰਜਾਬੀਆਂ ਨੂੰ ਅਜੇ ਤੱਕ ਪਛਾਣ ਨਹੀਂ ਸਕੇ ਪੰਜਾਬੀ ਜਦੋਂ ਕਿਸੇ ਨੂੰ ਦਿਲ 'ਚ ਬਿਠਾ ਲੈਂਦਾ ਹੈ ਨਾ ਉਹਨੂੰ ਅਸਮਾਨ ਤੇ ਲੈ ਜਾਂਦਾ ਹੈ ਅਰਸ਼ਾਂ ਤੇ ਲੈ ਜਾਂਦਾ ਤੇ ਜਦੋਂ ਦਿਲ 'ਚੋਂ ਲਾ ਦਿੰਦਾ ਹੈ ਨਾ ਫਰਿਸ਼ਤੋਂ ਥੱਲੇ ਨਾ ਪਕੇ ਆਉਂਦਾ ਫਰਿਸ਼ਤੋਂ ਥੱਲੇ ਚਿੰਤਾ ਨਾ ਕਰੋ ਇੱਕ ਇੱਕ ਟੀਵੀ ਚੈਨਲ ਜਿਹੜਾ ਇਹੋ ਜਿਹਾ ਕੰਮ ਕਰਦਾ ਪਿਆ ਇਹਨਾਂ ਪੰਜਾਬੀ ਇਹੋ ਜਿਹਾ ਤੁਹਾਡੇ ਦਿਵਾਲੇ ਹੋਣਗੇ ਇਹ ਟੀਵੀ ਚੈਨਲ ਨੂੰ ਵੇਖਣੋਂ ਲੋਕ ਬੰਦ ਕਰ ਦੇਣਗੇ ਇਹ ਟੀਵੀ ਚੈਨਲਾਂ ਦੇ ਉੱਤੇ ਆ ਥੋੜੇ ਦਿਨਾਂ ਪਤਾ ਲੱਗ ਗਿਆ ਨਾ Jio ਨੂੰ ਸਮਝ ਆ ਗਈ ਨਾ Jio ਨੂੰ ਗੱਲ ਕਿ ਤੁਹਾਨੂੰ ਵੀ ਸਮਝਾਉਣਗੇ ਪਰ ਜਦੋਂ YouTube ਤੇ ਜਾ ਜਾ ਕੇ ਲੋਗਾਂ ਨੂੰ ਦੱਸਿਆ ਨਾ ਉਹ ਉਹਨੂੰ ਕੰਗਨਰ ਨਾ ਉਹਤ ਨੂੰ ਸਮਝਾ ਦਿੱਤਾ ਨਾ ਪਾਤਣਾ ਪੜਨੇ ਉਹਨੂੰ ਬੜਾ ਕੁੱਦ ਦੀ ਸੀ ਉਹ ਟੈਂ ਟੈਂ ਕਰਦੀ ਸੀ ਕਰਾ ਤੈ ਨਾ ਟਵਿੱਟਰ ਉਹਦੇ ਡਿਲੀਟ ਟਵਿੱਟਰ ਅਕਾਊਂਟ ਵੀ ਡਿਲੀਟ ਕਰਾਵਾਂਗੇ ਉਹਦਾ ਔਰ ਇਸੇ ਤਰ੍ਹਾਂ ਜੋ ਤੁਸੀਂ ਟੀਵੀ ਗੁੰਡਾਗਰਦੀ ਕਰਦੇ ਪਏ ਜੇ ਬਦਮਾਸ਼ੀ ਕਰਦੇ ਪਏ ਜੇ ਸਾਨੂੰ ਬਦਨਾਮ ਕਰਦੇ ਪਏ ਜੇ ਨਾ ਭਾਵੇਂ ਸਾਨੂੰ ਕੋਟਾਂ 'ਚ ਜਾਣਾ ਪਵੇ ਭਾਵੇਂ ਕਚਹਿਰੀਆਂ 'ਚ ਜਾਣਾ ਪਵੇ ਲੜਾਈ ਲੜਾਂਗੇ ਪਿੱਛੇ ਨਹੀਂ ਹਟਾਂਗੇ ਇਹ ਪੰਜਾਬੀਆਂ ਸੀ ਔਰ ਮਕੂਲ ਜਵਾਬ ਦੇਾਂਗੇ ਤੁਹਾਨੂੰ ਪਰ ਅੱਜ ਤੁਹਾਨੂੰ ਸ਼ਰਮ ਆਉਂਦੀ ਹੋਊਗੀ ਕਿ ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਡੇ ਫੋਨ ਤੁਹਾਡੇ ਤੇ ਭਾਰੀ ਆ ਤੁਹਾਡੇ ਟੀਵੀ ਚੈਨਲ ਤੇ ਸਾਡੇ ਫੋਨ ਤੁਹਾਡੀਆਂ ਸਰਕਾਰਾਂ ਤੇ ਸਾਡਾ ਫੋਨ ਤੁਸੀਂ ਉਹਨੂੰ ਵੀ ਬੰਦ ਕਰਨ ਦੀ ਚੱਲ ਪਈ ਇੰਟਰਨੈਟ ਵੀ ਤੁਸੀਂ ਜੋ ਕਰ ਸਕਦੇ ਜੇ ਕਰ ਲਿਓ ਜੇ ਜਿੰਨੀ ਹੱਦ ਕੰਡੇ ਵਰਸਾ ਤੇ ਵਰਤ ਲਿਓ ਜੇ ਪਰ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਖੜੇ ਆ ਤੇ ਖੜੇ ਰਵਾਂਗੇ ਇਹ ਅੜੇ ਆ ਸੀ ਸਭ ਨੂੰ ਛਾੜ ਕੇ ਛੱਡਾਂਗੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਛੋਟੇ-ਛੋਟੇ ਬੱਚਿਆਂ ਨੂੰ ਖਾਲਸਾਨੀ ਰੰਗ ਰੇਜੇ ਤੁਸੀਂ ਕਿਉਂਕਿ ਤੁਹਾਡੇ ਹੱਥ ਟੀਵੀ ਚੈਨਲ ਨੇ ਤੁਹਾਡੇ ਹੱਥ ਚ ਤਾਕਤਾਂ ਨੇ ਤਾਕਤਾਂ ਤੇ ਬਹੁਤਾ ਗੁਮਾਨ ਨਹੀਂ ਕਰੀਦਾ ਇਹ ਤਾਕਤਾਂ ਆਉਂਦੀਆਂ ਜਾਂਦੀਆਂ ਨੇ ਪੰਜਾਬੀਆਂ ਨੇ ਤੇ ਵਾਣੀ ਪਾ ਲਿਆ ਸੀਗਾ ਵੱਡੇ-ਵੱਡੇ ਅਬਦਾਲੀਆਂ ਨੂੰ ਹੀ ਪੰਜਾਬੀਆਂ ਨੇ ਤੇ ਵਾਣੀ ਪਾ ਲਿਆ ਸੀ ਵੱਡੇ-ਵੱਡੇ ਗੋਰਿਆਂ ਨੂੰ ਹੀ ਔਰ ਭੱਜਦਿਆਂ ਨੂੰ ਵਾਣੇ ਕੁਝ ਹੁੰਦੇ ਨੇ ਜਦੋਂ ਭੱਜਣਾ ਪੈਣਾ ਨਾ ਉਦੋਂ ਵਾਣ ਦਾ ਫਰਕ ਨਹੀਂ ਪਤਾ ਲੱਗਣਾ ਇਸ ਕਰਕੇ ਨਾ ਕਰੋ ਮਤ ਕਰੋ ਇਹ ਸਾਰੇ ਕੰਮ ਨਾ ਇੰਨਾ ਥੱਲੇ ਗਿਰਦੇ ਜਾਓ ਘੱਟੋਂ-ਘੱਟ ਕੋਈ ਗੈਰਤ ਆਪਣੀ ਮਾੜੀ ਜੀ ਸੰਭਾਲ ਲਓ ਜਦੋਂ ਤੁਹਾਡੇ ਬੱਚੇ ਟੀਵੀ ਤੇ ਤੁਹਾਨੂੰ ਦੇਖਣਾ ਤੇ ਤੁਹਾਨੂੰ ਇਹ ਨਾ ਕਹਿਣ ਵੀ ਪਿਓ ਮਿੰਨ ਤੈਨੂੰ ਟੀਵੀ ਤੇ ਦੇਖਣਾਂ ਸ਼ਰਮ ਆਉਂਦੀ ਭਈ ਤੂੰ ਕੀ ਕਰਦਾ ਪਿਆ ਟੀਵੀ ਤੇ ਬੈਠ ਕੇ ਪਰ ਫਿਰ ਵੀ ਅਸੀਂ ਤੁਹਾਨੂੰ ਕਹਿੰਦੇ ਨਹੀਂ ਸਾਨੂੰ ਤੁਹਾਡੀ ਲੋੜ ਵੀ ਨਹੀਂ ਸਾਡੇ ਟੀਵੀ ਚੈਨਲਾਂ ਦੀ ਸਾਡੇ ਮੋਬਾਈਲ ਫੋਨ ਦੀ ਬਹੁਤ ਅਸੀਂ ਸੋਸ਼ਲ ਮੀਡੀਆ ਤੇ ਤੁਹਾਨੂੰ ਪੜਥੂ ਪਾ ਕੇ ਰੱਖਾਂਗੇ ਤੁਹਾਡੇ ਸੈਂਕੜੇਆ ਚੈਨਲ ਤੇ ਸਾਡਾ ਇੱਕ ਇੱਕ ਮੋਬਾਈਲ ਫੋਨ ਤੁਹਾਡੇ ਤੇ ਪਾਰੀ ਪੈ ਜਾਊਗਾ ਯਾਦ ਰੱਖਿਓ ਜੇ ਭੁੱਲ ਨਹੀਂ ਰਏ ਅਸੀਂ ਵੀ ਹਰ ਚੀਜ਼ ਨੂੰ ਬਰੀਕੀ ਨਾਲ ਵੇਖਣ ਡੈ ਔਰ ਹਰ ਚੀਜ਼ ਦਾ ਵਕਤ ਆਉਣ ਤੇ ਜਵਾਬ ਦੇਾਂਗੇ ਜੇ ਅਸੀਂ ਪੰਜਾਬੀ ਆ ਪੰਜਾਬੀਆਂ ਦਾ ਇਤਿਹਾਸ ਪੜ ਲਿਓ ਜੇ ਜ਼ਖਰੀਆ ਖਾਨ ਵੀ ਭਲੇਖੇ ਸੀਗਾ ਔਰ ਅਰੰਗਜੀਬ ਨੂੰ ਵੀ ਬੜਾ ਵੱਡਾ ਭਲੇਖਾ ਸੀਗਾ ਅਹਿਮਦ ਸ਼ਾਹ ਅਬਦਾਲੀ ਵੀ ਭਲੇਖੇ ਚ ਮਾਰ ਖਾ ਗਿਆ Naulio, Naulio, Naulio.